ਸੰਦੀਪ ਪਾਠੀ ਜੀ ਸਾਡੇ ਜਨਰਲ ਸੈਕਟਰੀ ਇੰਚਾਰਜ
ਇਹ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਇਹ ਇੱਕ ਹੋਰ ਵੱਡੀ ਸੇਵਾ ਕਰਨ ਦਾ ਜਿਨ੍ਹਾਂ ਨੇ ਮੌਕਾ ਦਿੱਤਾ। ਸੋ ਮੈਂ ਉਹਨਾਂ ਦਾ ਕੋਟ ਰਿਪੋਰਟ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਹੁਸ਼ਿਆਰਪੁਰ ਡਾਕਟਰ ਸਾਰੇ ਐਮ ਐਲ ਏ ਸਾਹਿਬਾਨ ਸਰਦਾਰ ਕਰਮਵੀਰ ਘੁੰਮਰ ਸਿੰਘ ਜੀ ਘੁੰਮਰ ਸਾਡੇ ਇੰਚਾਰਜ ਨੇ ਜਿੰਪਾ ਜੀ ਹੋਰ ਸਾਡੇ ਸਾਰੇ ਸਾਥੀ ਤਮਾਮ ਸਾਥੀ ਆ ਜਿੱਥੇ ਪਹੁੰਚੇ ਆ ਸਾਰਾ ਸੰਗਠਨ ਇੱਥੇ ਪਹੁੰਚਿਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਖਾਸ ਤੌਰ 'ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੌਕਾ ਸਰ ਜੋ ਤੁਸੀਂ ਦਾ ਇਕੱਠ ਇੱਕ ਦੁਨੀਆ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਸਾਥੀਆਂ ਦਾ ਵੇਗ ਲੋਕਾਂ ਦੇ ਪਿਆਰ ਕਰਨ ਵਾਲੇ ਜਿਹੜੇ ਸਾਡੇ ਸਾਥੀ ਸਾਥੀ ਪਿਆਰ ਕਰਨ ਅੱਜ ਉਹਨਾਂ ਦਾ ਬਹੁਤ ਵੱਡਾ ਹਜ਼ੂ ਇਹ ਆਪਣੇ ਆਪ ਦੇ ਵਿੱਚ ਪ੍ਰਤੀਕ ਹੈ ਕਿ ਜਿੱਤ ਜਿਹੜੀ ਹੈ ਉਹ ਬਹੁਤ ਵੱਡੀ ਜਿੱਤ ਹੋਈ। ਹੁਸ਼ਿਆਰਪੁਰ ਜ਼ਿਲ੍ਹੇ ਦਾ ਸੰਗਠਨ ਹੈ ਉਹਨਾਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਦਾ ਸਾਰੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਨੇ ਹਲਕੇ ਵਾਸੀ ਹਲਕਾ ਵਾਸੀ ਨੇ ਜੋ ਸਾਡੇ ਉਹਨਾਂ ਦਾ ਤੇ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅੱਜ ਮੈਂ ਬਹੁਤ ਹੀ ਖੁਸ਼ਕਿਸਮਤ ਹੈ ਜੋ ਮੈਂ ਇੱਥੇ ਹੈਗਾ ਹਾਂ ਅਤੇ ਮੈਂ ਇਹੀ ਵਾਅਦਾ ਕਰਦਾ ਸਾਰਿਆਂ ਨਾਲ ਕਿ ਮੈਂ ਡਾਕਟਰ ਰਾਜ ਤੋਂ ਵੀ ਵੱਧ ਕੰਮ ਕਰਕੇ ਦਿਖਾਊਂਗਾ। ਚੱਬੇਵਾਲ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਚੱਬੇਵਾਲ ਨਿਵਾਸੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਡਾਕਟਰ ਰਾਜ ਕੁਮਾਰ ਜੀ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਦਾ ਸਾਥ ਦਿੱਤਾ ਤੁਸੀਂ ਉਸੇ ਤਰ੍ਹਾਂ ਮੇਰਾ ਵੀ ਸਾਥ ਦਿਓ ਉਹਨਾਂ ਦਾ ਪੁੱਤ ਸਮਝ ਕੇ ਮੇਰੀ ਉਂਗਲ ਫੜ ਕੇ ਮੈਨੂੰ ਗੌਰਵ ਨਾਲ ਅਤੇ ਮੈਂ ਇਹੀ ਉਹਨਾਂ ਨੂੰ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਕੰਮ ਕਰਕੇ ਦਿਖਾਊਂਗਾ।